छोटा जिहा भाव यह है कि साड़ी भारत सरकार ने बड़ी हैल्प की, मतलब 4-5 घंटे दे विच इहनू सारयां नू निपटाता केस और उन्होंने कहता। और स्पेन एम्बेसी तों इधर फोन आया सीगा कि तुहाडा सारा असीं काम कर दिता, तो मैं भारत सरकार का बहुत धन्यवाद करती हाँ। असीं इन्हां दा बंदा वापस नहीं लिया सकते, इस टाइम ते असीं कुछ नहीं कर सकते, लेकिन इंसानियत का फर्ज यह है कि असीं जो भी कर सकते हैं असीं कीता, तो चलो हो गया। असीं जे जिंदा बंदा वापस आंदा तो असीं कहिंदे कि असीं कुछ काम कीता। एक बॉडी नू लियाना बड़े दुख की गल है और मैं इस परिवार के नाल खड़ी हाँ और साड़ी भारतीय जनता पार्टी हमेशा ही इस परिवार के नाल खड़ी रहूगी। कितने भी कोई दिक्कत आती है तुसीं साडे कोल आओ, असीं तुहाडी हर वेले हैल्प करांगे। और मैं वाहिगुरू नू कहनी हाँ कि परमात्मा इदां दा किसी नाल भी पाणा ना वरते, परमात्मा इन्हां नू दुख सहन की शक्ति देवे। साडे बच्चा ना रोज इदां दी घटना कि दूजे तीजे दिन आ जांदी है ना, जिद्दां साडे बच्चे उत्थे जाके इदां मौत हो रही है जां मार दित्ते जांदे आ जां जेलां च फस जांदे आ, ਇਥੋਂ ਰੁਜ਼ਗਾਰ ਦਾ ਨੀ ਕੁਛ ਹੈਗਾ ਸਿਸਟਮ ਪੂਰੀ ਤਰ੍ਹਾਂ, ਜਿਸ ਕਰਕੇ ਹੁਣ ਲਗਾਤਾਰ ਸਾਡੇ ਲੋਕ ਜਾ ਰਹੇ ਨੇ ਜੀ ਬਾਹਰ। ਇਹਦੇ ਉੱਤੇ ਮੈਮ ਕੁਛ ਦੇਖੋ ਸਰਕਾਰਾਂ ਕਰ ਰਹੀਆਂ ਕਿ ਨਹੀਂ? ਸਾਡਾ ਸਿਸਟਮ ਹੀ ਇਦਾਂ ਦਾ, ਵੈਸੇ ਤਾਂ ਬਹੁਤ ਸਾਰੀਆਂ ਯੋਜਨਾਵਾਂ ਇਦਾਂ ਦੀਆਂ ਚਲਾਈਆਂ ਜਾ ਰਹੀਆਂ ਰੁਜ਼ਗਾਰ ਨੂੰ ਦੇਣ ਵਾਸਤੇ, ਲੇਕਿਨ ਪ੍ਰੋਬਲਮ ਉੱਥੇ ਆ ਜਾਂਦੀ ਕਿ ਉੱਥੇ ਹੋਰ ਸਰਕਾਰ, ਇੱਥੇ ਹੋਰ ਸਰਕਾਰ, ਸੈਂਟਰ 'ਚ ਹੋਰ, ਇੱਥੇ ਹੋਰ। ਇਹ ਸਾਡਾ ਦੁਰਭਾਗ ਹੈ ਕਿ ਹਮੇਸ਼ਾ ਹੀ ਪੰਜਾਬ ਦੇ ਨਾਲ ਇੱਦਾਂ ਹੁੰਦਾ ਆ, ਜਦੋਂ ਵੀ ਪੰਜਾਬ 'ਚ ਕਦੀ ਵੀ ਇਲੈਕਸ਼ਨ ਹੁੰਦੇ ਉੱਤੇ ਹੋਰ ਸਰਕਾਰ ਬਣ ਜਾਂਦੀ ਹੈ, ਥੱਲੇ ਹੋਰ। ਜਦੋਂ ਇਕੱਠੀਆਂ ਇੱਕ ਤਰ੍ਹਾਂ ਦੀਆਂ ਸਰਕਾਰਾਂ ਬਣਨ ਤਾਂ ਹੀ ਕੰਮ ਹੁੰਦਾ। ਪਰ ਫਿਰ ਵੀ ਭਾਰਤ ਸਰਕਾਰ ਬਹੁਤ ਸੰਜੀਦਾ ਇਸ ਗੱਲ ਦੇ ਉੱਤੇ, ਭਾਰਤ ਸਰਕਾਰ ਇੱਦਾਂ ਦੇ ਬੜੇ ਸਟੈਪ ਲੈ ਰਹੀ ਹੈ ਔਰ ਸਾਨੂੰ ਸਾਰਿਆਂ ਨੂੰ ਭਾਰਤ ਸਰਕਾਰ ਦਾ ਇਸ ਵੇਲੇ ਸਾਥ ਦੇਣਾ। ਸਾਡਾ ਤਾਂ ਸਾਰਾ ਮਤਲਬ ਪਰਿਵਾਰ ਹੀ ਉੱਜੜ ਗਿਆ, ਠੀਕ ਹੈ। ਸਾਡਾ ਤਾਂ ਬੱਚਿਆਂ ਦਾ ਕੁਛ ਨਹੀਂ, ਪਰ ਅਸੀਂ ਚਾਹੁੰਦੇ ਸੀ ਅਸੀਂ ਇੱਕ ਵਾਰੀ ਜੋ ਉਹਦਾ ਅੰਤਮ ਕਿਰਿਆ ਕਰਮ ਅਸੀਂ ਆਪ ਕਰ ਲਈਏ। ਸਾਡੀ ਕੋਈ ਉਸ ਟਾਈਮ ਬਾਂਹ ਨਹੀਂ ਸੀ ਫੜ ਰਿਹਾ, ਅਸੀਂ ਦੋਵੇਂ ਜਿਹੜੇ ਮੈਂ ਅਤੇ ਅਮਨ ਜੀ ਬੜੇ ਅਸੀਂ ਦੂਜੇ 'ਚ ਸੀਗੇ। ਚਲੋ ਇਹਨਾਂ ਨੇ ਫਿਰ ਪੰਡਿਤ ਸ਼ਰਮਾ ਜੀ ਨੂੰ ਫੋਨ ਲਾਇਆ ਵੀ ਇੱਦਾਂ ਹੋ ਗਈ। ਸ਼ਰਮਾ ਜੀ ਨੇ ਬਾਠ ਸਾਹਿਬ ਨੂੰ ਫੋਨ ਲਾਇਆ ਵੀ ਬਾਠ ਸਾਹਿਬ ਇੱਦਾਂ ਹੋ ਗਈ। ਬਾਠ ਸਾਹਿਬ ਕਹਿੰਦੇ ਵੀ ਤੁਸੀਂ ਹੁਣੇ ਪਹੁੰਚੋ। ਇਹਨਾਂ ਨੇ ਸਾਨੂੰ ਮੈਡਮ ਜੀ ਕੋਲ ਨਵਾਂ ਸ਼ਹਿਰ ਭੇਜਿਆ। ਮੈਡਮ ਜੀ ਦੀ ਦੁਪਹਿਰ ਸੀਗੀ, ਦੁਪਹਿਰ ਪਤਾ ਨਹੀਂ ਆਰਾਮ ਕਰ ਰਹੇ ਸੀ ਕੀ ਕਰ ਰਹੇ ਸੀ, ਇਹਨਾਂ ਨੇ ਉਸੇ ਦੁਪਹਿਰ ਨੂੰ ਹੀ ਸਾਨੂੰ ਮਤਲਬ 5 ਮਿੰਟ ਦੇ ਵਿੱਚ ਲੈਟਰ ਲਿਖ ਕੇ ਸਾਨੂੰ ਇਹਨਾਂ ਨੇ ਭਰੋਸਾ ਦਵਾਇਆ ਵੀ ਤੁਸੀਂ ਮਤਲਬ ਕੋਈ ਚਿੰਤਾ ਨਾ ਕਰੋ, ਮੈਂ ਤੁਹਾਡਾ ਕੋਈ ਪੈਸਾ ਨਹੀਂ ਲੱਗਣ ਦਿੰਦੇ, ਅਸੀਂ ਤੁਹਾਡੀ ਜਿਹੜੀ ਬਾਡੀ ਆ ਉਹ ਅਸੀਂ ਇੱਥੇ ਮਤਲਬ ਪਹੁੰਚਾ ਕੇ ਦੇਵਾਂਗੇ। ਸਾਨੂੰ ਬਾਠ ਸਾਹਿਬ ਦੇ ਅਸੀਂ ਧੰਨਵਾਦੀ ਹਾਂ, ਮੈਡਮ ਪੂਨਮ ਮਾਨਕ ਜੀ ਦੇ, ਠੀਕ ਹੈ, ਅਵਿਨਾਸ਼ ਰਾਜ ਖੰਨਾ ਜੀ ਨੇ ਵੀ ਸਾਡੇ ਮਤਲਬ ਬਾਡੀ ਨੂੰ ਲਿਆਉਣ ਦੇ ਵਿੱਚ ਮਤਲਬ ਸਾਡਾ ਪੂਰਾ ਅਸੀਂ ਮੈਂ ਮੈਡਮ ਜੀ ਦੇ ਘਰ ਜਾ ਕੇ ਬਾਠ ਸਾਹਿਬ ਨੇ ਫੋਨ ਕੀਤਾ ਵੀ ਉੱਥੇ ਪਹੁੰਚੋ ਤੁਸੀਂ। ਮੈਂ ਮੈਡਮ ਜੀ ਦੇ ਘਰ ਜਾ ਕੇ ਰੋਇਆ ਵੀ ਮੈਂ ਕਿਹਾ ਮੈਡਮ ਜੀ ਕਿਤੇ ਇੱਦਾਂ ਨਾ ਸੋਚਿਓ ਵੀ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਆ ਇਹ। ਮੈਨੂੰ ਕਹਿੰਦੇ ਪਾਰਟੀ ਕੁਛ ਵੀ ਹੋਵੇ, ਸਾਨੂੰ ਇਹਨਾਂ ਦਾ ਪੂਰਾ ਭਰੋਸਾ ਦਵਾਇਆ ਵੀ ਪਾਰਟੀ ਕੁਛ ਵੀ ਹੋਵੇ ਸਾਨੂੰ ਪਾਰਟੀ ਨਾਲ ਕੋਈ ਮਤਲਬ ਹੀ ਨਾ, ਸਾਨੂੰ ਕੋਈ ਤੁਹਾਡੀ ਵੋਟ ਨਾਲ ਮਤਲਬ ਆ, ਅਸੀਂ ਤੁਹਾਡੀ ਜਿਹੜੀ ਬੋਡੀ ਆ ਉਹ ਅਸੀਂ ਇਨਸਾਨੀਅਤ ਦੇ ਨਾਤੇ ਅਸੀਂ ਲਿਆ ਕੇ ਦੇਵਾਂਗੇ ਸਾਨੂੰ 4-5 ਘੰਟੇ ਦੇ ਵਿੱਚ। ਫਿਰ ਇਹਨਾਂ ਪਹਿਲੇ ਦੀ ਗੱਲ ਨਹੀਂ ਹੈ ਜੀ, ਉਦੋਂ ਸਾਨੂੰ ਪਤਾ ਲੱਗਿਆ ਸੀ ਕਿ ਆਹ ਦੁਖਦਾਈ ਘਟਨਾ ਵਾਪਰ ਗਈ ਹੈ ਪਰਿਵਾਰ ਦੇ ਨਾਲ। ਅੱਖਾਂ ਪੈਣਾ ਦੇ ਵਿੱਚ ਇੱਕੋ ਭਰਾ ਸੀਗਾ ਪਰਿਵਾਰ, ਬਹੁਤ ਵੱਡਾ ਇੱਕ ਦੇਵਤਾ ਦੀ ਕੜੀ ਸੀਗੀ, ਅਤੇ ਇਹਨਾਂ ਨੇ ਇਹੀ ਦੱਸਿਆ ਕਿ ਸਾਨੂੰ ਡੈੱਡ ਬੋਡੀ ਲਿਆਉਣ ਦੇ ਪ੍ਰੋਬਲਮ ਆ ਰਹੀ ਹੈ, ਬਾਕੀ ਲੋਕਲ ਤੋਂ ਹੋ ਨਹੀਂ ਰਿਹਾ ਕੁਛ ਵੀ, ਸੈਂਟਰ ਗੌਰਮੈਂਟ ਇਹ ਕਰ ਸਕਦੀ ਹੈ। ਅਸੀਂ ਉਦੋਂ ਹੀ ਇਹਨਾਂ ਦੇ ਨਾਲ ਸਾਡੇ ਆਨੰਦ ਕਿਸ਼ੋਰ ਜੀ ਅਤੇ ਸ਼ਿਵ ਸ਼ਰਮਾ ਜੀ ਜਿਹੜੇ ਸਾਡੇ ਮੰਡਲ ਪ੍ਰਧਾਨ ਨੇ ਉਹਨਾਂ ਨੇ ਕੰਟੈਕਟ ਕੀਤਾ, ਇਹਨੂੰ ਉਹ ਘਰ ਆ ਕੇ ਉਹਨਾਂ ਨੇ ਗੱਲ ਕੀਤੀ, ਅਸੀਂ ਮੈਡਮ ਨਾਲ ਉਦੋਂ ਗੱਲ ਕੀਤੀ ਅਤੇ ਲਿਖ ਕੇ ਇਹਨਾਂ ਦਾ ਉਦੋਂ ਹੀ ਭਿਜਵਾ ਦਿੱਤਾ। ਅਤੇ ਵਿਦਨ 5-6 ਘੰਟਿਆਂ ਦੇ ਵਿੱਚ ਹੀ ਭਾਰਤ ਸਰਕਾਰ ਵੱਲੋਂ ਸਾਨੂੰ ਕਨਫਰਮੇਸ਼ਨ ਆ ਗਈ ਕਿ ਅਸੀਂ ਅੰਬੈਸੀ ਨੂੰ ਕਹਿ ਦਿੱਤਾ ਅਤੇ ਘਰ ਵਾਲਿਆਂ ਨੂੰ ਫੋਨ ਆ ਗਿਆ ਕਿ ਅਸੀਂ ਤੁਹਾਡਾ ਕਰਾ ਰਹੇ ਹਾਂ ਅਤੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਮੈਂ ਜਿੱਦਾਂ ਇਕੱਲਾ ਬੱਚਾ ਸੀਗਾ ਨਾ ਜੀ, 3 ਪਰਿਵਾਰ ਦੇ ਵਿੱਚ 8 ਭੈਣਾਂ ਦਾ ਇੱਕ ਭਰਾ ਮੰਨਿਆ ਜਾਂਦਾ ਨਾ, ਅਤੇ ਕੋਈ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਕੋਈ ਆਰਥਿਕ ਮਦਦ ਦਾ ਹੋ ਸਕਦਾ ਜੀ? ਦੇਖੋ ਆਪਾਂ ਇਹਦੇ ਲਈ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ, ਪਰਿਵਾਰ ਨੂੰ ਅੱਗੇ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਪਰਸਨਲ ਲੈਵਲ ਜ਼ਿਲ੍ਹੇ ਲੈਵਲ 'ਤੇ ਵੀ ਕਰਾਂਗੇ, ਔਰ ਜੇ ਕਿਤੇ ਉੱਪਰ ਵੀ ਕਿਤੇ ਕਰਨਾ ਪੈਂਦਾ ਤਾਂ ਆਪਾਂ ਜ਼ਰੂਰ ਕਰਾਂਗੇ, ਇਹਨਾਂ ਨੂੰ ਆਪਾਂ ਵਿਸ਼ਵਾਸ ਦਿੰਦੇ ਹਾਂ। ਉਹ ਕਹਿੰਦੇ ਵੀ ਅੰਬੈਸੀ ਜ਼ਿਆਦਾ ਖੱਜਲ ਕਰਦੀ ਆ, ਅੰਬੈਸੀ ਨੇ ਕਰਨਾ ਹੈ, ਇਹਨਾਂ ਨੇ ਸਾਨੂੰ ਭਰੋਸਾ ਦਵਾ ਕੇ ਮਤਲਬ 5-7 ਘੰਟਿਆਂ ਦੇ ਵਿੱਚ ਸਾਨੂੰ ਅੰਬੈਸੀ ਤੋਂ ਫੋਨ ਵੀ ਆ ਗਿਆ ਵੀ ਅਸੀਂ ਫਿਰ ਅੰਬੈਸੀ ਨੇ ਬਾਅਦ ਦੇ ਵਿੱਚ ਚਲੋ ਸਾਡੇ ਬੇਟੇ ਨੂੰ ਟਿਕਟ ਜਿਹੜੀ ਸੀਗੀ ਇਹ ਦੇ ਦਿੱਤੀ, ਦੂਜੇ ਨੇ ਇਹਨੇ ਬੀਮਾ ਕਰਾਇਆ ਹੋਇਆ ਸੀ, ਪਰ ਅੰਬੈਸੀ ਨੇ ਵੀ ਫੋਨ ਕੀਤਾ ਵੀ ਜੇ ਤੁਹਾਨੂੰ ਟਿਕਟ ਚਾਹੀਦੀ ਜਾਂ ਨਾਲ ਕਿਸੇ ਆਦਮੀ ਨੇ ਜਾਣਾ ਅਸੀਂ ਉਹਨੂੰ ਵੀ ਵਾਪਸੀ ਟਿਕਟ ਦੇ ਦਿੰਦੇ ਹਾਂ। ਅਸੀਂ ਭਾਅ ਜੀ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜਿਹਨਾਂ ਦੇ ਯਤਨਾਂ ਸਦਕਾ, ਠੀਕ ਹੈ ਜੀ, ਸਾਡਾ ਬੇਟਾ ਸਾਡਾ ਚਲੋ ਜਿਸ ਹਾਲਤ 'ਚ ਵੀ ਸੀਗਾ ਘਰ ਪਹੁੰਚ ਗਿਆ। ਅਸੀਂ ਇਹਨਾਂ ਦੇ ਪੂਰੇ ਪਰਿਵਾਰ ਵੱਲੋਂ ਮੈਡਮ
ਪੂਨਮ ਮਾਨਕ ਜੀ ਦੇ ਬਾਠ ਸਾਹਿਬ ਦੇ ਅਵਿਨਾਸ਼ ਰਾਏ ਖੰਨਾ ਜੀ ਦੇ ਸ਼ਰਮਾ ਜੀ ਇਹਨਾਂ ਦੇ ਵਿਚਾਰਿਆਂ ਨੇ ਆਪਣਾ ਸਾਰਾ ਕੰਮ ਛੱਡ ਕੇ ਚਾਹੇ ਅੱਧੀ ਰਾਤ ਨੂੰ ਸਾਡੇ ਨਾਲ ਤੁਰੇ। ਇਹ ਅਮਨ ਜੀ ਅਤੇ ਮੈਡਮ ਜੀ ਸੁਨੀਤਾ ਚੈਰੀਟੇਬਲ ਆ, ਇਹ ਤਾਂ ਸਾਡੇ ਪਰਿਵਾਰ ਦੇ ਆ, ਇਹਨਾਂ ਨੇ ਤਾਂ ਤੁਰਨਾ ਹੀ ਤੁਰਨਾ ਸੀਗਾ। ਇਹਨਾਂ ਨੇ ਵੀ ਦਿਨ ਰਾਤ ਨਹੀਂ ਦੇਖਿਆ, ਜਿੱਥੇ ਮੇਰੇ ਤੋਂ ਪਹਿਲਾਂ ਮਤਲਬ ਇਹ ਗਏ ਹੋਣਗੇ ਬਈ, ਇੰਨਾ ਵੀ ਮੈਂ ਕਹਿ ਸਕਦਾ ਵੀ ਮੈਨੂੰ ਜੇ ਤਾਂ ਕਮਾਇਆ ਤਾਂ ਵੀ ਹੋ ਸਕਦਾ ਇਹਨਾਂ ਨੇ ਰੋਟੀ ਵੀ ਉਹਨਾਂ ਦਿਨਾਂ 'ਚ ਮਤਲਬ ਨਾ ਖਾਧੀ। ਅਸੀਂ ਧੰਨਵਾਦੀ।